ਪੰਜਾਬ ਵਿੱਚ ਲਗਾਤਾਰ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਇਸ ਦਰਮਿਆਨ ਅੱਜ ਦੁਪਹਿਰ ਬਾਅਦ ਪੰਜਾਬ ਦੇ ਕਈ ਹਿੱਸਿਆਂ ਵਿੱਚ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਕਈ ਥਾਵਾਂ ਉੱਤੇ ਤੇਜ਼ ਬਰਸਾਤ ਵੀ ਹੋਈ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਦੇ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ ਨਾਲ ਭਾਰੀ ਗੜੇਮਾਰੀ ਵੀ ਹੋਈ ਹੈ। ਦੱਸ ਦਈਏ ਕਿ ਪਿਛਲੇ ਦਿਨੀ ਮੌਸਮ ਵਿਭਾਗ ਵੱਲੋਂ 19-20 ਅਤੇ 21 ਤਰੀਕ ਤੱਕ ਮੌਸਮਾਰਾਂ ਵੱਲੋਂ ਮੌਸਮ ਦਾ ਅਲਰਟ ਜਾਰੀ ਕੀਤਾ ਗਿਆ ਸੀ। ਔਰੇਂਜ ਅਲਰਟ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤਾ ਗਿਆ ਸੀ, ਜਿਸ ਦੇ ਤਹਿਤ ਅੱਜ ਜਿਵੇਂ ਹੀ ਦੁਪਹਿਰ ਬਾਅਦ ਬੱਦਲ ਛਾਏ ਤਾਂ ਉਸ ਤੋਂ ਬਾਅਦ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਅੰਦਰ ਹਨੇਰੀ ਤੋਂ ਬਾਅਦ ਤੇਜ਼ ਧੱਖੜ ਸ਼ੁਰੂ ਹੋਇਆ। ਉਸ ਤੋਂ ਬਾਅਦ ਕਾਲੀ ਘਟਾਵਾਂ ਛਾ ਗਈਆਂ ਅਤੇ ਬਰਸਾਤ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਕਈ ਥਾਂ 'ਤੇ ਅਜੇ ਵੀ ਗੜੇਮਾਰੀ ਹੋ ਰਹੀ ਹੈ। ਤਸਵੀਰਾਂ ਵੀ ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਕਿ ਬਰਨਾਲਾ, ਫਿਰੋਜ਼ਪੁਰ, ਤਰਨ ਤਾਰਨ, ਅੰਮ੍ਰਿਤਸਰ ਦੇ ਇਲਾਕਿਆਂ ਵਿੱਚ ਭਾਰੀ ਬਰਸਾਤ ਦੇ ਬਾਅਦ ਗੜੇਮਾਰੀ ਵੀ ਹੋ ਰਹੀ ਹੈ। ਇਸ ਬਦਲਦੇ ਮੌਸਮ ਦੇ ਨਾਲ ਹਾਲਾਂਕਿ ਕਿਸਾਨਾਂ ਨੂੰ ਕਾਫ਼ੀ ਵੱਡੀ ਮੁਸੀਬਤ ਖੜੀ ਹੋ ਚੁੱਕੀ ਹੈ, ਕਿਉਂਕਿ ਕਈ ਥਾਵਾਂ 'ਤੇ ਅਜੇ ਕਣਕ ਦੀ ਵਾਢੀ ਚੱਲ ਰਹੀ ਹੈ। ਅਜਿਹੇ 'ਚ ਲੋਕਾਂ ਦੀ ਕਣਕ ਦੀ ਪੱਕੀ ਹੋਈ ਫਸਲ ਹੈ ਜਿਹੜੀ ਪੁੱਤਾਂ ਵਾਂਗ ਕਿਸਾਨਾਂ ਦੀ ਪਾਲੀ ਹੋਈ ਫਸਲ ਹੈ, ਉਹ ਇਸ ਝੱਖੜ, ਹਨੇਰੀ, ਮੀਂਹ, ਗੜੇਮਾਰੀ ਦੇ ਨਾਲ ਉਹ ਥੱਲੇ ਧਰਤੀ 'ਤੇ ਵਿਛ ਗਈ ਹੈ। ਕਈ ਥਾਵਾਂ 'ਤੇ ਰਿਪੋਰਟ ਆ ਰਹੀ ਹੈ ਕਿ ਕਿਸਾਨਾਂ ਨੂੰ ਭਾਰੀ ਨੁਕਸਾਨ ਇਹ ਮੀਂਹ ਅਤੇ ਗੜੇਮਾਰੀ ਪਹੁੰਚਾ ਰਹੇ ਹਨ। ਖਬਰਾਂ ਇਹ ਵੀ ਆ ਰਹੀਆਂ ਹਨ ਕਿ ਕਈ ਥਾਵਾਂ 'ਤੇ ਇਸ ਤੇਜ਼ ਹਨੇਰੀ ਝੱਖੜ ਦੇ ਨਾਲ ਛੱਤ ਵੀ ਡਿੱਗੀ ਇੱਕ ਮਕਾਨ ਦੀ, ਤਾਂ ਬਹੁਤ ਵੱਡਾ ਨੁਕਸਾਨ ਪੰਜਾਬ ਅੰਦਰ ਹੋਇਆ, ਕਿਉਂਕਿ ਮੌਸਮ ਦੇ ਵਿੱਚ ਅੱਜ ਜਿਹੜਾ ਵੱਡਾ ਪਰਿਵਰਤਨ ਦੇਖਣ ਨੂੰ ਮਿਲ ਰਿਹਾ। ਹਾਲਾਂਕਿ ਮੌਸਮਾਰਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ, ਪੇਸ਼ਨਗੋਈ ਕਰਤੀ ਸੀ। 19-20 ਅਤੇ 21 ਤਰੀਕ ਤੱਕ 3 ਦਿਨ ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਦੇ ਮੈਦਾਨੀ ਸੂਬਿਆਂ ਦੇ ਵਿੱਚ ਮੌਸਮ ਖਰਾਬ ਰਹਿਣਾ ਹੈ। ਅੱਜ ਦੁਪਹਿਰ ਬਾਅਦ ਪੰਜਾਬ ਦੇ ਅੰਦਰ ਭਾਰੀ ਬਰਸਾਤ ਹੋਈ ਹੈ, ਹਨੇਰੀ ਚੱਲੀ ਹੈ, ਝੱਖੜ ਤੋਂ ਬਾਅਦ ਬਰਸਾਤ ਦੇ ਨਾਲ ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਗੜੇਮਾਰੀ ਵੀ ਹੋ ਰਹੀ ਹੈ।